ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਬਾਇਆ ਨੇ ਫਾਜ਼ਿਲਕਾ ਦੇ ਵਾਰਡ ਨੰਬਰ 15 ਦੇ ਬਾਦ ਕਲੋਨੀ ਸੜਕਾਂ ਨੂੰ ਕੀਤਾ ਉਦਘਾਟਨ। 50 ਲੱਖ ਦੀ ਲਾਗਤ ਨਾਲ ਬਣੇਗੀ ਬਾਦ ਕਲੋਨੀ ਦੀਆਂ ਗਲੀਆਂ। ਫਾਜ਼ਿਲਕਾ ਦੇ ਵਾਰਡ ਨੰਬਰ 15 ਦੇ ਮੁਹੱਲੇ ਬਾਦ ਕਲੋਨੀ ਦੇ ਪਿਛਲੇ 20 ਸਾਲਾਂ ਤੋਂ ਗਲੀ ਦੀ ਸੜਕਾਂ ਟੁੱਟੀਆਂ ਹੋਈਆਂ ਸਨ, ਜਿਸ ਨੂੰ ਲੈ ਕੇ ਫਾਜ਼ਿਲਕਾ ਦੇ ਵਿਧਾਇਕ ਗੁਬਾਇਆ ਨੇ ਅੱਜ ਉਦਘਾਟਨ ਕੀਤਾ ਹੈ। ਇਸ ਮੌਕੇ ਤੇ ਵਿਧਾਇਕ ਰਵਿੰਦਰ ਸਿੰਘ ਗੁਬਾਇਆ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਵਾਰਡ ਦੀ ਮੰਗ ਸੀ ਕਿ ਇਸ ਮੁਹੱਲੇ ਦੀ ਸੜਕਾਂ ਬਣਾਈ ਜਾਵਣ, ਜਿਸ ਨੂੰ ਲੈ ਕੇ ਅੱਜ ਉਹਨਾਂ ਵੱਲੋਂ ਟੈਂਡਰ ਲੈ ਲਿੱਤੇ ਗਏ ਹਨ ਅਤੇ 50 ਲੱਖ ਦੀ ਲਾਗਤ ਨਾਲ ਇਹ ਮੁਹੱਲੇ ਦੀ ਸੜਕਾਂ ਬਣਾਈ ਜਾਣਗੀਆਂ। ਇਸ ਮੌਕੇ ਤੇ ਨਗਰ ਕੌਂਸਲ ਦੇ ਪ੍ਰਧਾਨ ਐਡਵੋਕੇਟ ਸੁਰਿੰਦਰ ਸਚਦੇਵਾ ਅਤੇ ਵਾਰਡ ਨੰਬਰ 15 ਦੇ ਪਾਰਸ਼ਦ ਡਾਕਟਰ ਨਿਸ਼ੂ ਡੋਗਰਾ ਮੌਜੂਦ ਰਹੇ। ਅੱਜ ਵਾਰਡ ਨੰਬਰ 15 ਜਿਹੜਾ ਕਿ ਸਾਡੇ MC ਡਾਕਟਰ ਨਿਸ਼ੂ ਡੋਗਰਾ ਜੀ ਨੇ ਉਹਨਾਂ ਵੱਲੋਂ ਜਿਹੜੀਆਂ ਅਸੀਂ ਕੰਮਾਂ ਦੀ ਮੰਗਾਂ ਸੀ ਜੀ, ਸੜਕਾਂ ਔਰ ਨਾਲੀਆਂ ਇਹਨਾਂ ਦੇ ਵਾਰਡ 'ਚ ਬਿਲਕੁਲ ਨਹੀਂ ਬਣੀਆਂ ਹੋਈਆਂ ਸੀ, ਉਹਨਾਂ ਦੇ ਟੈਂਡਰ ਲਾ ਕੇ ਅਤੇ ਅੱਜ ਅਸੀਂ ਟੈਂਡਰ ਦੇ ਕੇ ਔਰ 50 ਲੱਖ ਦੀ ਗਲੀਆਂ ਨਾਲੀਆਂ ਦਾ ਕੰਮ ਜਿਹੜਾ ਸ਼ੁਰੂ ਕਰਾਇਆ। ਕਦੋਂ ਤੱਕ ਹੁੰਦਾ ਸਰ ਹੋ ਜਾਊਗਾ ਕੰਮ? ਬਸ ਥੋੜ੍ਹੇ ਕੱਲ੍ਹ ਸ਼ੁਰੂ ਹੋ ਜਾਊਗਾ, ਥੋੜ੍ਹੇ ਦਿਨਾਂ 'ਚ ਇਹਦਾ ਕੰਪਲੀਟ ਹੋ ਜਾਊਗਾ।